पंजाब सरकार द्वारा स्कूलों को खोलने को लेकर जारी किए गए निर्देशों के बाद स्कूल 26 तारीख को 10वीं, 11वीं और 12वीं की कक्षाओं के लिए खुल रहे हैं। इस बारे में जब स्थानीय स्कूल के प्रिंसिपल और अभिभावकों से बात की गई तो उन्होंने कहा है कि सरकार द्वारा जहां एक तरफ तीसरी लहर की बात भी की जा रही है, वहीं दूसरी ओर स्कूल खोलने के निर्देश भी दिए गए हैं। सरकार द्वारा स्कूल खोलने के फैसले का स्वागत करते हैं, वहीं जल्द से जल्द लोगों को वैक्सीन लगवाने के लिए सरकार के आगे गुजारिश रखी है। वहीं एक अभिभावक का कहना था कि सरकार द्वारा की गई घोषणा मात्र राजनीतिक स्टंट है, क्योंकि ये नीतियां सरकार द्वारा कोरोना को देखते हुए नहीं बल्कि राजनीति को देखते हुए बनाई जा रही हैं। कि तीसरी वेव का जिहड़ा हउगा सरकार ने, असी तो अज हउगा कहांगे क्योंकि हले तक आई नहीं, खुद ही क्रिएट किया, हर एक नूं डराया जा रहा। लेकिन जिस तरह के स्कूल खोलन दे लई कह रहा, मैं तो यह समझना क्योंकि चुनाव आ रहे हैं, ये सारिया नीतियां कोरोना नूं देख के नहीं चुनावों नूं देख के बनाईया जा रही हैं। बच्चों जेडे इन्होंने कहा 10वीं, 11वीं और 12वीं बच्चे स्कूलों च जान, 10वीं दे बच्चे की उम्र 16 साल है, 11वीं दे बच्चे की उम्र 17 साल है और प्लस टू वाला दी 18 साल शुरू च किसी नूं होया। इहदा मतलब है कि 16 और 17 साल के बच्चे तो इंजैक्शन लाया ही नहीं हले तक। ईवन दन के हुण इन्होंने कहा कि पेरेंट्स की मर्जी है भेजन के ना भेजन, पेरेंट्स केड़ा नहीं चाहेगा कि उहदा बच्चा पढ़े। लेकिन इन्होंने ट्यूशन सेंटरां दे उत्ते दे छापे मार रहे हैं, बच्चों नूं फीसां जिहड़ियां ਉਹ ਹਰ ਸਕੂਲ ਲੈ ਰਿਹਾ, ਹਰ ਕਾਲਜ ਲੈ ਰਿਹਾ। ਸਰਕਾਰ ਨੂੰ ਪਤਾ ਕਿ ਮਾਂ ਪਿਓ ਜਿਹੜੇ ਪੇਰੈਂਟਸ ਹੈਗੇ ਆ ਉਹ ਪੂਰੀ ਪੂਰੀ ਫੀਸ ਦੇ ਰਹੇ ਆ, ਲੇਕਿਨ ਸਰਕਾਰ ਨੇ ਕੋਈ ਵੀ ਨਾ ਤਾਂ ਜਿਹੜੀ ਆ ਰਾਹਤ ਉਹ ਉਸ ਵੇਲੇ ਮਾਂ ਪਿਓ ਨੂੰ ਦਿੱਤੀ ਕਿ ਫੀਸਾਂ ਨਾ ਦਿਓ, ਅਸੀਂ ਦਿੰਦੇ ਹਾਂ ਸਰਕਾਰ ਵੱਲੋਂ ਕੋਈ ਪੈਸਾ। ਸਕੂਲ ਵਾਲੇ ਆਪਣੀ ਜਗ੍ਹਾ ਪ੍ਰਾਈਵੇਟ ਸਕੂਲ ਠੀਕ ਹੋ ਸਕਦੇ ਆ, ਕਿਉਂ ਉਹਨਾਂ ਨੇ ਸਟਾਫ ਰੱਖਿਆ ਦਾ, ਉਹਨਾਂ ਕੋਲ ਪੀਅਨ ਹੈ, ਟੀਚਰ ਹੈ, ਉਹਨਾਂ ਨੂੰ ਉਹਨਾਂ ਨੇ ਫੀਸਾਂ ਦੇਣੀਆਂ। ਲੇਕਿਨ ਸਰਕਾਰ ਨੇ ਕੀ ਕੀਤਾ? ਸਰਕਾਰ ਨੇ ਕੁਛ ਨਹੀਂ ਕੀਤਾ। ਹੁਣ ਕਿਉਂਕਿ ਸਰਕਾਰ ਨੇ ਰੈਲੀਆਂ ਕਰਨੀਆਂ, ਹੁਣ ਕਿਉਂਕਿ ਸਰਕਾਰ ਨੇ ਆਪਣਾ ਸਾਰੇ ਕੰਮ ਕਰਨੇ ਆ, ਇਸ ਕਰਕੇ ਜਿਹੜੀਆਂ ਪਰਮਿਸ਼ਨਾਂ ਉਹ 300 ਬੰਦੇ ਦੀ ਵੀ ਕਰਤੀ ਆ ਓਪਨ 'ਚ, ਇਹ ਸਾਰਾ ਕੁਝ ਚੁਣਾਵ ਦੇ ਮੱਦੇਨਜ਼ਰ ਹੋ ਰਿਹਾ। ਔਰ ਮੈਂ ਸਮਝਦਾ ਵੀ ਇਹ ਠੀਕ ਨਹੀਂ, ਜਾਂ ਤਾਂ ਇਹ ਦੱਸਣ ਇਹ ਜਿਹੜੇ ਸਾਡੇ ਡਾਕਟਰ ਹੈ ਵੱਡੇ ਜਿਹੜੇ ਵੀ ਹੈਗੇ ਆ WHO ਵਾਲੇ, ਉਹਦੀ ਕੋਈ ਗਾਈਡਲਾਈਨ ਦੱਸਣ ਕਿ ਹੁਣ ਅਗਲੀ ਵੇਵ ਨਹੀਂ ਆਉਣੀ। ਅਗਲੀ ਉਸ ਤੋਂ ਵੀ ਅਗਲੀ ਗੱਲ ਹੈ ਕਿ ਪਠਾਨਕੋਟ ਦੇ ਵਿੱਚ, ਮੈਂ ਆਪਣੇ ਸ਼ਹਿਰ ਦੀ ਗੱਲ ਕਰ ਰਿਹਾ, ਅਖਬਾਰਾਂ ਦੇ ਜ਼ਰੀਏ ਤਾਂ ਸਾਰੇ ਦੇਸ਼ ਦਾ ਹੀ ਪਤਾ ਕਿ ਕਰੋਨਾ ਦੀ ਵੈਕਸੀਨ ਬਿਲਕੁਲ ਨਹੀਂ ਆ ਰਹੀ, ਕੱਲ੍ਹ ਫਿਰ ਖਤਮ ਹੋ ਗਈ ਹੈ। ਆਉਂਦੀ ਹੈ, ਡੋਜ਼ ਘੱਟ ਆਉਂਦੀ ਹੈ ਔਰ ਬੰਦੇ ਲਵਾਉਣ ਵਾਲੇ ਬੜੇ। ਆਮ ਬੰਦਿਆਂ ਨੂੰ ਤਾਂ ਤੁਸੀਂ ਇੱਕ ਇੱਕ ਟੀਕਾ ਨਹੀਂ ਲਾ ਸਕੇ, ਦੂਸਰਾ ਲਵਾਉਣ ਜਾਂਦੇ ਆ ਅਤੇ ਉਹਨਾਂ ਨੂੰ ਫੇਰੇ ਪਾ ਰਹੇ ਹੋ ਔਰ ਤੁਸੀਂ ਸਕੂਲ ਖੋਲ੍ਹ ਰਹੇ ਹੋ। ਸਟਾਫ ਤੁਸੀਂ ਕਹਿੰਦੇ ਹੋ ਸਾਰਾ ਟੀਕਾ ਲੱਗਾ ਹੋਣਾ ਚਾਹੀਦਾ, ਅੱਜ ਮੈਂ ਕਹਿੰਦਾ ਸਟਾਫ ਨੇ ਹੀ ਦੋ ਟੀਕੇ ਲਵਾਉਣੇ, ਹੁਣ ਕਿੱਥੋਂ ਲਵਾਏਗਾ? ਜਿਹਨੇ ਇੱਕ ਉਹਨੂੰ ਇੱਕ ਲੱਗੇਗਾ, ਦੂਜਾ ਉਹਨੂੰ ਲੱਗਣਾ 3 ਮਹੀਨੇ ਬਾਅਦ, ਸਕੂਲ ਦਾ ਸਟਾਫ ਕਿੱਥੋਂ ਇੰਜੈਕਸ਼ਨ ਲਵਾ ਲਏਗਾ? ਇਹ ਸਾਰੀਆਂ ਗੱਲਾਂ ਜੀ ਰਾਜਨੀਤਿਕ ਸਟੰਟ ਹੈਗੇ ਆ ਔਰ ਸਿਰਫ ਚੁਣਾਵ ਨੂੰ ਦੇਖ ਕੇ ਮੈਂ ਸਮਝਦਾ ਵੀ ਇਹ ਫੈਸਲਾ ਲਿਆ ਗਿਆ ਔਰ ਇਹ ਫੈਸਲਾ ਠੀਕ ਨਹੀਂ ਹੈਗਾ। ਦੇਖੋ, ਗਵਰਨਮੈਂਟ ਦੀ ਪਾਲਿਸੀ ਜਿਹੜੀਆਂ ਕਦੀ ਵੀ ਸਹੀ ਨਹੀਂ ਰਹੀਆਂ। ਜਦੋਂ ਟਾਈਮ ਹੁੰਦਾ 2 ਸਾਲ ਪਹਿਲਾਂ ਵੀ ਇਹ ਸਕੂਲਾਂ ਵਾਲਿਆਂ ਬਹੁਤ ਫਾਈਟ ਕੀਤੀ ਹੈ, ਕਦੀ ਦਾਖਲੇ ਨਹੀਂ ਲੈਣੇ, ਕਦੀ ਫੀਸਾਂ ਨਹੀਂ ਲੈਣੀਆਂ। ਜਿਹੜੇ ਮੇਰੇ ਕੋਲ ਹੀ ਇੰਸਟੀਟਿਊਸ਼ਨ ਸਟਾਫ ਮੈਂਬਰਸ ਨੇ, ਉਹਨਾਂ ਨੂੰ ਕਿੱਥੋਂ ਪੈਸੇ ਦੇਈਏ? ਇਹ ਹਰ ਇੱਕ ਬੰਦੇ ਦੀ ਆਪਣੀ ਆਪਣੀ ਐਡਜਸਟਮੈਂਟ ਹੈ, ਚਾਹੇ ਕਿਸੇ ਨੂੰ 2000 4000 ਜੋ ਵੀ ਮਿਲਦਾ ਉਹਦੇ 'ਚ ਆਪਣਾ ਉਹ ਗੁਜ਼ਾਰਾ ਕਰਦਾ। ਇਸ ਕਰਕੇ ਗਵਰਨਮੈਂਟ ਦਾ ਇਹ ਸਟੈਪ ਤਾਂ ਬਿਲਕੁਲ ਠੀਕ ਹੈ ਵੀ ਸਕੂਲ ਖੁੱਲ੍ਹਣੇ ਚਾਹੀਦੇ ਆ, ਲੇਕਿਨ ਉਹਦੇ ਨਾਲ ਹੀ ਲੋਕਾਂ ਨੂੰ ਜਿਹੜੀ ਹੈ ਅਜੇ ਤੱਕ ਇੰਜੈਕਸ਼ਨ ਜਿਹੜੇ ਆ ਉਹ ਤਾਂ ਆਮ ਲੋਕਾਂ ਨੂੰ ਵੀ ਨਹੀਂ ਲੱਗ ਰਹੇ, ਸਕੂਲਾਂ ਦੇ ਬੱਚਿਆਂ ਨੂੰ ਕੋਈ ਅਜੇ ਤੱਕ ਪ੍ਰਪੋਜ਼ਲ ਨਹੀਂ ਇਹੋ ਜਿਹਾ। ਅਸੀਂ ਕਹਿੰਦੇ ਹਾਂ ਜੇ ਇਹ ਕੰਮ ਕਰਨਾ ਤਾਂ ਮੈਂ ਇੱਕ ਸਕੂਲ ਦਾ ਹੈੱਡ ਹੁੰਦਿਆਂ ਹੋਇਆਂ ਇਹ ਗੱਲ ਚਾਹਾਂਗਾ ਕਿ ਟਾਈਮ ਟੂ ਟਾਈਮ ਇੱਕ ਇਹੋ ਜਿਹਾ ਚੈੱਕਅਪ ਹੋਵੇ ਜਿਹਦੇ ਸਕੂਲ ਦੇ ਆ ਕੇ ਗਵਰਨਮੈਂਟ ਦੇ ਨੁਮਾਇੰਦੇ ਜਾਂ ਸਿਵਲ ਹਸਪੀਟਲ ਦੇ ਡਾਕਟਰ ਚੈੱਕ ਕਰਨ ਕਿ ਵਾਕਿਆ ਹੀ ਪ੍ਰੋਟੋਕੋਲ ਦੇ ਮੁਤਾਬਕ ਸਕੂਲ ਚੱਲ ਰਹੇ ਆ ਨਹੀਂ ਚੱਲ ਰਹੇ ਆ। ਉਹਨਾਂ ਦਾ ਗਵਰਨਮੈਂਟ ਦਾ ਸਟੈਪ ਜਿਹੜਾ ਹੈ ਸ਼ਲਾਘਾਯੋਗ ਹੈ, ਲੇਕਿਨ ਤੀਸਰੀ ਲਹਿਰ ਨੂੰ ਵੀ ਮੱਦੇਨਜ਼ਰ ਰੱਖਦੇ ਹੋਇਆਂ ਕੋਈ ਨਾ ਕੋਈ ਇਹੋ ਜਿਹਾ ਆਲਟਰਨੇਟ ਜਾਂ ਇਹੋ ਜਿਹਾ ਸਟੈਪ ਜਾਂ ਇਹੋ ਜਿਹਾ ਚੈੱਕਅਪ ਜਿਹੜਾ ਹੈ ਉਹ ਸਕੂਲਾਂ 'ਤੇ ਲੱਗਣਾ ਚਾਹੀਦਾ। ਪਲੱਸ ਟੂ ਤੱਕ ਤਾਂ ਮੈਂ ਪੜ੍ਹਾਈ ਮੇਂ ਠੀਕ ਠਾਕ ਥੀ, ਪਰ ਗ੍ਰੈਜੂਏਸ਼ਨ ਮੇਂ ਆਨੇ ਕੇ ਬਾਅਦ ਮੇਰਾ ਪੜ੍ਹਾਈ ਸੇ ਮਨ ਸਾ ਉੱਠਨੇ ਲਗਾ। ਮਨ ਚਾਹੇ ਪਿਆਰ ਸੇ ਸ਼ਾਦੀ ਕੌਣ ਨਹੀਂ ਕਰਨਾ ਚਾਹਤਾ। ਕਾਰੋਬਾਰ ਮੇਂ ਹੋ ਰਹਾ ਘਾਟਾ, ਆਦਮੀ ਪਰੇਸ਼ਾਨ ਤੋ ਹੋਗਾ ਹੀ।
रागी होम डेकोर। Give your home, offices, interior and exterior walls, ceiling, furniture and door panel an elegant look. Expert in UV PVC wall, wallpapers, partition jali, wood flooring. आपकी काल्पनिक सोच को उतारे आकार में और आकार सवारे आपके घरों, दफ्तरों और किसी भी प्रकार के व्यवसायिक स्थलों को 100% इको फ्रेंडली, 100% मॉइस्चर प्रूफ, 100% टर्माइट प्रूफ, एक्सीलेंट वेदर एबिलिटी, साउंड रिड्यूसिंग, फायर रिटार्डेंट, रिसाइकलेबल एंड लाइटवेट जैसी खूबियों से भरी शीट्स बेहतर व आधुनिक पसंद के लिए याद रखें। रागी होम डेकोर, केयर ऑफ रागी डिस्ट्रीब्यूटर्स एंड प्रमोटर्स, वार्ड नंबर 11, नियर नोबेल्टी मॉल, ममून रोड, पठानकोट। कॉन्टेक्ट अस ऑन 9540061113।